कोरोना वायरस के चलते जिथे पूरी दुनिया परेशान हैगी है उत्थे जिहड़े आम लोग जिहड़े हले भी बैंकों के बाहर लाइनों के लगे हुए हैं। फिरोजपुर की असी गल करिए फिरोजपुर के बैंकों के बाहर हले भी जिहड़ा लोग जिहड़े महिलावां ने वह लाइनों के लगे हुए हैं। हालांकि पुलिस जिहड़ी है उन्होंने डिस्टेंस बना के रखण की गल कह रही हैगी है कि वह डिस्टेंस बना के रखण ताकि इस वायरस तो बचा जा सके। पर तुसी तस्वीरां दे विच देख सकते हो कि महिलावां जिहड़ियां एक दूसरे नाल जुड़ के बैठिया हुई ने डिस्टेंस बना के नहीं बैठिया हुई। पंजाब पुलिस ने सर्कल भी लगाए हुए सी कि यह डिस्टेंस से जिहड़ा बैठा जाए। तुसी तस्वीरां दे विच साफ तौर पर देख भी सकते हो कि डिस्टेंस मेनटेन जिहड़ा पंजाब पुलिस वल्लों वह भी करवाया जा रहा है। दूजे पासे तुसी देख सकते हो कि बैंक के बाहर जिहड़ी है जिहड़ी लोगों की लंबी लाइन जिहड़ी है दूर तक जिहड़ी हैगी है बैंकों चों पैसे कढ़वाउण वास्ते बाहर आए हुए ने। असीं इन्हां नाल भी गलबात करांगे कि ये लोग क्यों आए हुए ने ये किहड़े पैसे जिहड़े आ उह कढ़वाउण आए ने ते गलबात करन दी कोशिश करदे आ। बाई जी की नाम है तुहाडा? विक्रमजीत सिंह जी। बाई जी की किहड़े पैसे कढ़ाउण आए हो? ਅਸੀਂ ਆਮ ਤਾਂ ਕਢਾਉਣਾ ਹੈ ਦਵਾਈ ਦਾਰੂ ਲੈਣਾ ਸੀ ਅਤੇ ਬਸ ਪੈਸੇ ਹੈ ਨਹੀਂ ਸੀ ਕਢਾਉਣ ਆਏ ਜੀ ਪੈਸੇ। ਅੱਛਾ ਹਾਂਜੀ ਹਾਂਜੀ ਬਿਲਕੁਲ ਅਸੀਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ ਤੁਸੀਂ ਕਿਹੜੇ ਪੈਸੇ ਕਢਾਉਣ ਲੈਣ ਆਏ ਹੋ? ਨਰੇਗਾ ਵਾਲੇ ਜੀ। ਹੈਂ? ਨਰੇਗਾ ਵਾਲੇ ਜੀ। ਨਰੇਗਾ ਵਾਲੇ? ਹਾਂਜੀ। ਅੱਜ ਪਹਿਲੇ ਦਿਨ ਆਏ ਹੋ ਜਾਂ ਪਹਿਲੇ ਵੀ ਆਏ ਜੀ? ਨਹੀਂ ਪਹਿਲੇ ਦਿਨ ਆਏ ਨੇ ਪੈਸੇ ਹਰ ਲੈ। ਕਿੰਨੇ ਪੈਸੇ ਆਏ ਹੈ? 2000 ਜੀ। 2000 ਜੀ। ਹਾਂਜੀ। ਤੁਸੀਂ ਬਾਬਾ ਜੀ ਕਿਵੇਂ ਆਏ ਸੀ ਬੈਂਕ ਜੀ? ਪੈਸੇ ਕਢਾਉਣੇ ਸੀ ਸਾਡੇ ਕਾਫੀ ਚਿਰਾਂ ਦੇ ਗਏ ਨੇ। ਹਾਂਜੀ। ਅਤੇ ਉਹ ਕਢਾਉਣ ਆਏ ਦਵਾਈ ਲੈਣੀ ਹਾਰਟ ਦੀ ਦਵਾਈ ਮੇਰੀ ਮੁੱਕੀ ਕਾਫੀ ਦਿਨ ਦੋ ਅਤੇ ਉਹ ਲੈਣ ਆਏ ਸੀ। ਬਿਲਕੁਲ ਤੁਸੀਂ ਜਿਹੜਾ ਦੇਖ ਸਕਦੇ ਹੋ ਕਿ ਆਪਣੇ ਤੌਰ 'ਤੇ ਜਿਹੜੇ ਇਹਨਾਂ ਦੇ ਪੈਸੇ ਕਿਸੇ ਦੇ ਨਰੇਗਾ ਦੇ ਹੈਗੇ ਆ ਕਿਸੇ ਦੇ ਆਪਦੇ ਖਾਤੇ 'ਚ ਪੈਸੇ ਹੈਗੇ ਆ ਉਹ ਕਢਾਉਣ ਵਾਸਤੇ ਆਏ ਆ। ਪੰਜਾਬ ਪੁਲਿਸ ਜਿਹੜੀ ਆ ਲਗਾਤਾਰ ਇਹਨਾਂ ਨੂੰ ਅਪੀਲ ਕਰ ਰਹੀ ਹੈ ਕਿ ਸੋਸ਼ਲ ਡਿਸਟੈਂਸ ਜਿਹੜਾ ਉਹ ਮੇਨਟੇਨ ਕਰਕੇ ਰੱਖਣ ਉਹ ਜ਼ਰੂਰੀ ਵੀ ਹੈਗਾ ਵੈ। ਪਰ ਬੈਂਕਾਂ ਦੇ ਬਾਹਰ ਜਿਹੜੀ ਲਾਈਨ ਹੈ ਉਹ ਨਹੀਂ ਟੁੱਟ ਰਹੀ ਹੈਗੀ। ਲੋਕ ਜਿਹੜਾ ਵੈ ਜੇ ਗੱਲ ਕਰੀਏ ਕੇਂਦਰ ਸਰਕਾਰ ਵੱਲੋਂ ਜਿਹੜੇ ਪੈਸੇ ਆਏ ਹੈਗੇ ਆ ਖਾਤਿਆਂ ਦੇ ਵਿੱਚ ਉਹਨੂੰ ਕਢਵਾਉਣ ਵਾਸਤੇ ਜਿਹੜਾ ਆ ਰਹੇ ਹੈ। ਮੈਡਮ ਤੁਸੀਂ ਕਿਵੇਂ ਆਏ ਹੋ ਇੱਥੇ? ਹਾਂਜੀ ਸਰ ਸਾਡੇ ਨਾ ਬੈਂਕ 'ਚ ਪੈਸੇ ਆਏ ਹੋਏ ਨੇ ਮੇਰੇ। ਕਿਹੜੇ ਖਾਤੇ 'ਚ ਪੈਸੇ ਆਏ? ਮੋਦੀ ਵਾਲੇ। ਮੋਦੀ ਵਾਲਾ ਕਿਹੜਾ ਖਾਤਾ ਤੁਹਾਡਾ? ਸਰ ਸਿਲੰਡਰਾਂ ਵਾਲੇ ਸਰ। ਸਿਲੰਡਰ ਕਿੰਨੇ ਪੈਸੇ ਆਏ ਹੈ? 700 ਰੁਪਇਆ ਆਇਆ, 500 ਰੁਪਇਆ ਆਇਆ। ਕਿੰਨੇ ਦਿਨ ਹੋ ਗਏ ਤੁਹਾਨੂੰ ਆਉਂਦਿਆਂ ਨੂੰ? ਮੈਨੂੰ ਤਾਂ ਭਰਾਵਾ ਹੋ ਗਿਆ ਨੇ, 3 ਚੱਕਰ ਲੱਗ ਗਈ ਸੀ, ਬਹੁਤ ਭੀੜ ਸੀ ਦੀ, ਫਿਰ ਅੱਜ ਆਈ ਹਾਂ। ਮੈਂ ਕਿਹਾ ਚਲੋ ਹੋ ਕੇ ਚਲੀ ਜਾਂਦੀ ਸੀ ਦੀ। ਤੁਹਾਨੂੰ ਪਤਾ ਕਿ ਕਰੋਨਾ ਵਾਇਰਸ ਦੀ ਮਹਾਮਾਰੀ ਤੋਂ ਕਿਵੇਂ ਬਚਣਾ ਹੈ? ਇਹ ਆਪਣੀ ਸੇਫਟੀ ਕਰੋ, ਸੋਸ਼ਲ ਡਿਸਟੈਂਸ ਬਣਾ ਕੇ ਰੱਖੋ। ਹਾਂਜੀ, ਲਗਾਤਾਰ ਹੱਥ ਧੋਵੋ। ਹਾਂਜੀ। ਤੁਹਾਨੂੰ ਲੱਗਦਾ ਮਹਿਲਾਵਾਂ ਨੇ ਪਹਿਲੇ ਇੱਥੇ ਸੋਸ਼ਲ ਡਿਸਟੈਂਸ ਬਣਾ ਕੇ ਰੱਖਿਆ ਹੋਇਆ ਸੀ? ਸਰ ਮੈਂ ਤਾਂ ਵੀ ਆਈ, ਮੈਨੂੰ ਤਾਂ ਪਤਾ ਵੀ ਨਹੀਂ। ਬਿਲਕੁਲ, ਜਿਹੜਾ ਇਹਨਾਂ ਦਾ ਕਹਿਣਾ ਕਿ ਇਹ ਪੈਸੇ ਕਢਵਾਉਣ ਆਏ ਹੋਏ ਆ ਜਿਹੜੇ ਕੇਂਦਰ ਸਰਕਾਰ ਵੱਲੋਂ ਇਹਨਾਂ ਦੇ ਖਾਤਿਆਂ 'ਚ ਪਾਏ ਗਏ। ਅਸੀਂ ਵੀ ਇਹਨਾਂ ਨੂੰ ਅਪੀਲ ਕਰਦੇ ਹਾਂ ਕਿ ਆਪਣਾ ਧਿਆਨ ਰੱਖਣ, ਸੋਸ਼ਲ ਡਿਸਟੈਂਸ ਬਣਾ ਕੇ ਰੱਖਣ। ਜਿਹੜੀ ਲੋੜ ਹੈਗੀ ਆ ਕਰੋਨਾ ਵਾਇਰਸ ਨੂੰ ਜੇ ਖਤਮ ਕਰਨਾ ਤਾਂ ਆਪਣੇ ਘਰਾਂ ਦੇ ਵਿੱਚ ਰਹਿਣ ਤਾਂ ਹੀ ਜਿਹੜਾ ਉਸਨੂੰ ਖਤਮ ਕੀਤਾ ਜਾ ਸਕਦਾ। ਕੈਮਰਾ ਪਰਸਨ ਨਰੇਸ਼ ਦੇ ਨਾਲ ਸਨੀ ਚੋਪੜਾ, ਨਿਊਜ਼ ਪੰਜਾਬ, ਹਰਿਆਣਾ, ਹਿਮਾਚਲ।